ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ ਬੱਸ ਸਟੈਂਡ ਦੇ ਲੇਡੀਜ਼ ਵਾਸ਼ਰੂਮ ਦੇ ਵਿੱਚੋਂ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ, ਜਿਸ ਤੋਂ ਬਾਅਦ ਬੱਚਾ ਰੱਖਣ ਵਾਲੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਜਦੋਂ ਵਾਸ਼ਰੂਮ ਦੇ ਵਿੱਚ ਸਫਾਈ ਕਰਮਚਾਰੀ ਜਾਂਦੇ ਨੇ ਕੰਮ ਕਰਨ ਦੇ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਬੱਚਾ ਦਿਖਦਾ, ਜਿਸ ਤੋਂ ਤੁਰੰਤ ਬਾਅਦ ਉਹ ਇਸ ਸੰਬੰਧੀ ਜਿਹੜੀ ਜਾਣਕਾਰੀ ਆ ਉਹ ਪੁਲਿਸ ਨੂੰ ਦੇ ਦਿੰਦੇ ਆ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ 43 ਸੈਕਟਰ ਦੇ ਬੱਸ ਸਟੈਂਡ ਦਾ ਇਹ ਪੂਰਾ ਮਾਮਲਾ ਹੈ, ਜਿੱਥੇ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ, ਜਿਸ ਤੋਂ ਬਾਅਦ ਉਸਨੂੰ ਨਜ਼ਦੀਕੀ ਹਸਪਤਾਲ ਵੀ ਪਹੁੰਚਾ ਦਿੱਤਾ ਗਿਆ। ਫਿਲਹਾਲ ਬੱਚੇ ਦੀ ਹਾਲਤ ਸਹੀ ਹੈ, ਉਹ ਸਵਸਥ ਹੈ ਅਤੇ ਇਸ ਸੰਬੰਧੀ ਜਦੋਂ ਲੋਕਾਂ ਤੋਂ ਪੁੱਛਿਆ ਗਿਆ ਤਾਂ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਕੁੜੀ ਅਤੇ ਮੁੰਡੇ ਨੂੰ ਭੱਜਦੇ ਦੇਖਿਆ ਸੀ, ਜਿਸ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਤੇ ਇਸ ਸੰਬੰਧੀ ਹੁਣ ਪੁਲਿਸ ਹੈ ਜਿਹੜੀ ਉਹ ਕੋਲ ਲੱਗੇ CCTV ਫੁਟੇਜ ਦੇਖ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹ ਬੱਚਾ ਇੱਥੇ ਕੌਣ ਰੱਖ ਕੇ ਗਿਆ। ਤਾਂ 7 ਦਿਨਾਂ ਦਾ ਬੱਚਾ ਸੀ, ਲੇਡੀਜ਼ ਵਾਸ਼ਰੂਮ ਦੇ ਵਿੱਚ ਰੱਖ ਕੇ ਫਰਾਰ ਹੋ ਜਾਂਦੇ ਨੇ ਤੇ ਲੋਕਾਂ ਦਾ ਕਹਿਣਾ ਇੱਕ ਕੁੜੀ ਮੁੰਡਾ ਸੀ ਜਿਹੜੇ ਇਸ ਨੂੰ ਰੱਖ ਕੇ ਗਏ ਸੀਗੇ। ਤੇ ਜਦੋਂ ਵਾਸ਼ਰੂਮ ਦੇ ਵਿੱਚ ਕਰਮਚਾਰੀ ਕੰਮ ਕਰਨ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਬੱਚਾ ਦਿਖਦਾ, ਜਿਸ ਤੋਂ ਬਾਅਦ ਉਸ ਨੂੰ ਚੱਕ ਲੈਂਦੇ ਨੇ ਤੇ ਇਸ ਸੰਬੰਧੀ ਸੂਚਨਾ ਜਿਹੜੀ ਉਹ ਪੁਲਿਸ ਨੂੰ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਬੱਚਾ ਪੂਰੀ ਤਰੀਕੇ ਨਾਲ ਕੱਪੜਿਆਂ ਦੇ ਵਿੱਚ ਲਿਪਟਿਆ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਤੇ ਹੁਣ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ ਕਿ ਕਿੰਨਾ ਨੇ ਇਹ ਨਵਜਾਤ ਬੱਚਾ ਜੋ ਕਿ ਬਿਲਕੁਲ 7 ਦਿਨਾਂ ਦਾ ਹੈ ਉਹ ਵਾਸ਼ਰੂਮ ਦੇ ਵਿੱਚ ਰੱਖ ਕੇ ਫਰਾਰ ਹੋ ਗਿਆ ਤੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਕੁੜੀ ਮੁੰਡਾ ਸੀ ਜਿਹੜੇ ਇਹਨਾਂ ਨੂੰ ਰੱਖ ਕੇ ਗਏ ਨੇ, ਜਿਸ ਤੋਂ ਬਾਅਦ ਪੁਲਿਸ ਇਸ ਸੰਬੰਧੀ CCTV ਫੁਟੇਜ ਦੇਖ ਰਹੀ ਹੈ, ਜਿਸ ਦੇ ਆਧਾਰ ਤੇ ਉਹ ਜਾਂਚ ਕਰ ਰਹੀ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਚੰਡੀਗੜ੍ਹ ਦੇ 43 ਸੈਕਟਰ ਦਾ ਹੈ, ਜਿੱਥੇ ਲੇਡੀਜ਼ ਵਾਸ਼ਰੂਮ ਦੇ ਅੰਦਰ ਇੱਕ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ। ਦੱਸ ਦਈਏ ਕਿ ਵੱਡੀ ਖਬਰ ਆ ਰਹੀ ਹੈ ਬੱਸ ਸਟੈਂਡ ਦੇ ਲੇਡੀਜ਼ ਵਾਸ਼ਰੂਮ ਦੇ ਵਿੱਚੋਂ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ, ਜਿਸ ਤੋਂ ਬਾਅਦ ਬੱਚਾ ਰੱਖਣ ਵਾਲੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਜਦੋਂ ਵਾਸ਼ਰੂਮ ਦੇ ਵਿੱਚ ਸਫਾਈ ਕਰਮਚਾਰੀ ਜਾਂਦੇ ਨੇ ਕੰਮ ਕਰਨ ਦੇ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਬੱਚਾ ਦਿਖਦਾ, ਜਿਸ ਤੋਂ ਤੁਰੰਤ ਬਾਅਦ ਉਹ ਇਸ ਸੰਬੰਧੀ ਜਿਹੜੀ ਜਾਣਕਾਰੀ ਆ ਉਹ ਪੁਲਿਸ ਨੂੰ ਦੇ ਦਿੰਦੇ ਆ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ 43 ਸੈਕਟਰ ਦੇ ਬੱਸ ਸਟੈਂਡ ਦਾ ਇਹ ਪੂਰਾ ਮਾਮਲਾ ਹੈ, ਜਿੱਥੇ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ, ਜਿਸ ਤੋਂ ਬਾਅਦ ਉਸਨੂੰ ਨਜ਼ਦੀਕੀ ਹਸਪਤਾਲ ਵੀ ਪਹੁੰਚਾ ਦਿੱਤਾ ਗਿਆ। ਫਿਲਹਾਲ ਬੱਚੇ ਦੀ ਹਾਲਤ ਸਹੀ ਹੈ, ਉਹ ਸਵਸਥ ਹੈ ਅਤੇ ਇਸ ਸੰਬੰਧੀ ਜਦੋਂ ਲੋਕਾਂ ਤੋਂ ਪੁੱਛਿਆ ਗਿਆ ਤਾਂ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਕੁੜੀ ਅਤੇ ਮੁੰਡੇ ਨੂੰ ਭੱਜਦੇ ਦੇਖਿਆ ਸੀ, ਜਿਸ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਤੇ ਇਸ ਸੰਬੰਧੀ ਹੁਣ ਪੁਲਿਸ ਹੈ ਜਿਹੜੀ ਉਹ ਕੋਲ ਲੱਗੇ CCTV ਫੁਟੇਜ ਦੇਖ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹ ਬੱਚਾ ਇੱਥੇ ਕੌਣ ਰੱਖ ਕੇ ਗਿਆ। ਤਾਂ 7 ਦਿਨਾਂ ਦਾ ਬੱਚਾ ਸੀ, ਲੇਡੀਜ਼ ਵਾਸ਼ਰੂਮ ਦੇ ਵਿੱਚ ਰੱਖ ਕੇ ਫਰਾਰ ਹੋ ਜਾਂਦੇ ਨੇ ਤੇ ਲੋਕਾਂ ਦਾ ਕਹਿਣਾ ਇੱਕ ਕੁੜੀ ਮੁੰਡਾ ਸੀ ਜਿਹੜੇ ਇਸ ਨੂੰ ਰੱਖ ਕੇ ਗਏ ਸੀਗੇ। ਤੇ ਜਦੋਂ ਵਾਸ਼ਰੂਮ ਦੇ ਵਿੱਚ ਕਰਮਚਾਰੀ ਕੰਮ ਕਰਨ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਬੱਚਾ ਦਿਖਦਾ, ਜਿਸ ਤੋਂ ਬਾਅਦ ਉਸ ਨੂੰ ਚੱਕ ਲੈਂਦੇ ਨੇ ਤੇ ਇਸ ਸੰਬੰਧੀ ਸੂਚਨਾ ਜਿਹੜੀ ਉਹ ਪੁਲਿਸ ਨੂੰ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਬੱਚਾ ਪੂਰੀ ਤਰੀਕੇ ਨਾਲ ਕੱਪੜਿਆਂ ਦੇ ਵਿੱਚ ਲਿਪਟਿਆ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਤੇ ਹੁਣ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ ਕਿ ਕਿੰਨਾ ਨੇ ਇਹ ਨਵਜਾਤ ਬੱਚਾ ਜੋ ਕਿ ਬਿਲਕੁਲ 7 ਦਿਨਾਂ ਦਾ ਹੈ ਉਹ ਵਾਸ਼ਰੂਮ ਦੇ ਵਿੱਚ ਰੱਖ ਕੇ ਫਰਾਰ ਹੋ ਗਿਆ ਤੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਕੁੜੀ ਮੁੰਡਾ ਸੀ ਜਿਹੜੇ ਇਹਨਾਂ ਨੂੰ ਰੱਖ ਕੇ ਗਏ ਨੇ, ਜਿਸ ਤੋਂ ਬਾਅਦ ਪੁਲਿਸ ਇਸ ਸੰਬੰਧੀ CCTV ਫੁਟੇਜ ਦੇਖ ਰਹੀ ਹੈ, ਜਿਸ ਦੇ ਆਧਾਰ ਤੇ ਉਹ ਜਾਂਚ ਕਰ ਰਹੀ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਚੰਡੀਗੜ੍ਹ ਦੇ 43 ਸੈਕਟਰ ਦਾ ਹੈ, ਜਿੱਥੇ ਲੇਡੀਜ਼ ਵਾਸ਼ਰੂਮ ਦੇ ਅੰਦਰ ਇੱਕ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ।